ਸਤਿ ਸ਼੍ਰੀ ਅਕਾਲ ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ, ਮੈਂ ਗਗਨ ਸ਼ੁਕਲਾ ਸ਼ੰਭੂ ਮੋਰਚੇ ਤੇ ਮੌਜੂਦ ਹਾਂ ਤੇ ਕਿਸਾਨੀ ਮੋਰਚੇ ਦੀਆਂ ਤਸਵੀਰਾਂ ਦਿਖਾਉਂਦੇ ਹਾਂ। ਪਰ ਇੱਕ ਨੌਜਵਾਨ ਵੱਖਰੇ ਸਵੈਗ ਨਾਲ ਪਹੁੰਚਿਆ ਹੈ, ਪੀਤਾ ਲੱਥ ਤਾਂ ਦੇਖ ਸਕਦੇ ਹੋ। ਪਹਿਲਾਂ ਸਵੈਗ ਦਿਖਾਓ, ਰਾਜਨ ਉੱਪਰੋਂ ਨੀਚੇ ਤੱਕ ਦਿਖਾਓ। ਕਿਸਾਨੀ ਅੰਦੋਲਨ ਦੇ ਵਿੱਚ ਇਹ ਵਿਅਕਤੀ ਖਿੱਚ ਦਾ ਕੇਂਦਰ ਹੈ। ਭਾਜੀ ਹੋਰ ਤੁਹਾਡੇ ਨਾਲ ਗੱਲਾਂ ਬਾਤਾਂ ਜ਼ਰੂਰ ਕਰਾਂਗੇ ਪੀਤੇ ਭਾਜੀ, ਪਰ ਭਾਜੀ ਇਹ ਸਟਾਈਲ ਬਾਰੇ ਥੋੜਾ ਦੱਸੋ ਨਾਲਾ। ਨਹੀਂ ਭਾਈ, ਮੈਂ ਰਹਿੰਦੇ ਆਏ ਹਾਂ, ਠੀਕ ਹੈ ਨਾ। ਆਪਾਂ ਆਏ ਆ ਜਿਹੜਾ ਕੰਮ ਗੁਰੂ ਸਾਹਿਬ ਨੇ ਆਪਾਂ ਨੂੰ ਸਾਜਿਆ, ਕਿਸਾਨੀ ਦੀ ਗੱਲ ਹੀ ਕਰਨੀ ਹੈ। ਮੇਰਾ ਰੂਪ ਤਾਂ ਮੈਨੂੰ ਇਹ ਮਹਾਰਾਜ ਨੇ ਦਿੱਤਾ, ਪਰ ਠੀਕ ਹੈ, ਉਹਦੀ ਗੱਲ ਕਰਨੀ ਹੈ। ਅੱਛਾ, ਫਿਰ ਵੀ ਦੇਖਿਆ ਜਾਵੇ ਅਟ੍ਰੈਕਟਿਵ ਹੋ, ਆਕਰਸ਼ਿਤ ਹੋ, ਨੌਜਵਾਨਾਂ ਦਾ ਧਿਆਨ ਖਿੱਚ ਰਹੇ ਹੋ। ਹਾਂ ਹਾਂ, ਇਹ ਨਹੀਂ ਭਾਈ, ਇਹ ਮੈਂ ਰਹਿੰਦੇ ਆਇਆ ਹਨਾ। ਆਪਾਂ ਇੱਥੇ ਖਿੱਚ ਦਾ ਕੇਂਦਰ ਬਣ ਕੇ ਕੀ ਕਰਨਾ, ਜਿਵੇਂ ਆਮ ਭਰਾ ਉਵੇਂ ਆਪਾਂ, ਬਸ ਇੰਨਾ ਵੀ ਸੋਸ਼ਲ ਮੀਡੀਆ ਤੇ ਦੁਨੀਆ ਜਾਣਦੀ ਹੈ, ਉਹ ਵੀ ਇਹਨਾਂ ਕਰਕੇ ਹਨਾ। ਆਪਾਂ ਤਾਂ ਲੜਨ ਆਏ ਆ, ਕੰਮ ਹੀ ਇੱਕ ਹੈ, ਐਵੇਂ ਲੜੋਗੇ ਫਿਰ? ਹਾਂ, ਇੱਥੇ ਹੁਣ ਤਾਂ ਇੰਨਾ ਨਾ, ਉਦੋਂ ਵੇਖੀ ਮੈਂ ਤਾਂ ਉਹ ਆ, ਉਦੋਂ ਆਣਾ ਮੈਂ ਤਾਂ ਪਾਉਂਗੇ ਟੋਚਨੇ, ਨਾੜਾ ਵਾਈਟ ਕਰ, ਇਹ ਨਾੜਾ ਬਾਈ ਕੰਮ ਆਊਗਾ। ਹਾਂ ਹਾਂ, ਕਹਿੰਦੇ ਹੁੰਦੇ ਚੰਗੀ ਕਰਨ ਮਾੜੀ ਕਰਨ, ਲੱਗਣਾ ਤਾਂ ਆਖੇ ਉਹਨਾਂ ਦੀ ਪੈਣਾ ਹਨਾ। ਤੇ ਪਰ ਆਪਾਂ ਇਹ ਨੀ ਵੀ ਇੱਥੇ ਆਪਾਂ ਕੋਈ ਹਿਲੜਬਾਜੀ ਕਰੀਏ ਜਾਂ ਬਿਨਾਂ ਆਗੂਆਂ ਤੋਂ ਕੁਛ ਕਰੀਏ ਹਨਾ। ਆਪਣਾ ਜਿਹੜਾ ਕੰਮ ਹੈ ਜਿਵੇਂ ਕਹਿਣਗੇ ਜਥੇਬੰਦੀਆਂ ਉਵੇਂ ਹੀ ਚੱਲਣਾ। ਤੇ ਜਿਹੜੇ ਅਥਰੂ ਗੈਸ ਹੈ ਜਾਂ ਸਾਡੇ ਭਰਾਵਾਂ ਦੇ ਸੱਟਾਂ ਲੱਗਦੀਆਂ, ਇਹ ਸਾਡੇ ਗੁਰੂ ਸਾਹਿਬ ਨੇ ਸਾਡੇ ਖੂਨ ਚ ਬਖਸ਼ੀਆਂ, ਇਹ ਤਾਂ ਹੁੰਦੀਆਂ ਰਹਿੰਦੀਆਂ। ਭਾਜੀ ਪਹਿਲੇ ਅੰਦੋਲਨ ਨਾਲੋਂ ਐਤਕੀ 10 ਗੁਣੀ ਵੱਧ ਸਖਤੀ ਨਜ਼ਰ ਆ ਰਹੀ ਆ, ਨਾ ਇੰਨਾ ਉਧਰੋਂ ਟੀਅਰ ਗੈਸ ਵਰਤੀ ਹੈ ਪਹਿਲਾਂ ਕਦੇ, ਪਰ ਹੁਣ ਲੋਕਾਂ ਕੰਕਰੀਟ ਦੀਆਂ ਦੀਵਾਰਾਂ ਨੇ, ਬਹੁਤ ਮੁਸ਼ਕਿਲ ਹੋ ਰਹੀ ਹੈ। ਓਕੇ ਓਕੇ, ਮੈਂ ਤੁਹਾਨੂੰ ਦੱਸਦਾ, ਜਦੋਂ ਅਸੀਂ ਪਹਿਲਾਂ ਆਏ ਸੀ ਉਦੋਂ ਕਿੰਨਾ ਕੁਛ ਸੀ, ਉਹ ਨਾਰਮਲ ਸੀ ਨਾ, ਉਹ ਵੀ ਪੱਟ ਤੇ ਐਤਕੀ ਇਹਨਾਂ ਨੇ ਕਿੱਲੇ ਲਾਏ ਪੱਟ ਤੇ, ਐਤਕੀ ਇਹਨਾਂ ਨੇ ਏਦੂ ਥੰਮ ਲਾਏ ਖਿੱਚ ਤੇ, ਜਿਹੜੇ ਐਤਕੀ ਇਹਨਾਂ ਨੇ ਡਰੋਨ ਲੈ, ਸਾਡੀ ਪਤੰਗ ਕੀ ਚੀਜ਼ ਹੈ ਖਿੱਚੇ ਕਿ ਨਹੀਂ, ਜਿਹੜੇ ਗਹਿ ਜਿਹਾ ਉਹ ਤਾਂ ਮੈਂ ਜੇਬਾਂ ਚ ਪਾ ਕੇ ਭੱਜਿਆ ਵਾ, ਠੀਕ ਹੈ ਨਾ। ਮੈਨੂੰ ਤਾਂ, ਮੈਂ ਤਾਂ ਇੱਕ ਤੁਹਾਡੀ ਦਿਲੋਂ ਧੰਨਵਾਦ ਜਿਹੜਾ ਤੁਸੀਂ ਇਹ ਕਰਾਓ ਦਿਖਾ ਰਹੇ ਹਨਾ। ਤੁਸੀਂ ਜਦੋਂ ਨਾ ਗੋਲੇ ਵੱਜਦੇ ਹੁੰਦੇ ਉਦੋਂ ਅੱਖ ਬੰਦੇ ਅੱਖਾਂ ਜਿਹਾ ਨੀ ਮਲਦੇ ਹੁੰਦੇ, ਆਪਣੇ ਸੈਂਸਰ ਹੀ ਇਹੋ ਜਿਹਾ ਲੱਗਿਆ, ਲੈ ਮੈਨੂੰ ਅੱਖਾਂ ਮਾਰਨ ਦੀ ਲੋੜ ਹੀ ਨੀ ਪੈਂਦੀ। ਮੈਂ ਬਾਈ ਤੈਨੂੰ ਇਹ ਕਹਿੰਦਾ ਆ ਤੇਰੇ ਚੈਨਲ ਦੇ ਸਾਹਮਣੇ, ਜੇ ਤੁਸੀਂ ਉੱਥੇ ਹੋਵੋਗੇ ਨਾ ਮੈਨੂੰ ਉਹਦੀ ਚੰਗਾ ਲੱਗੂਗਾ ਵੀ ਤੁਸੀਂ ਪ੍ਰੈਕਟੀਕਲ ਦਿਖਾਇਓ। ਗੱਲਾਂ ਚ ਤਾਂ ਇਹਦੇ ਜ਼ਰੀਏ ਤਾਂ ਹਰੇਕ ਹੀ ਭਾਅ ਢਾ ਦਿੰਦਾ, ਪਰ ਆਪਾਂ ਤਾਂ ਲੰਮੀ ਰੇਸ ਵਾਲੇ ਘੋੜੇ ਆ। ਕਹਿੰਦੇ ਨੇ ਮੈਂ ਰੀਲਾਂ ਚ ਕਹਿੰਦਾ ਉਹਨਾਂ ਝੋਟੇ ਆ, ਝੋਟੇ ਮੌਕੇ ਦੀ ਪਤਾ ਲੱਗੂਗਾ। ਆ ਮੇਰੇ ਨਾਲ ਭੰਤਾ ਬਾਈ ਆ ਕੋਟੀ ਸਿਖਾਂ ਵਾਲਾ, ਠੀਕ ਹੈ, ਨਸ਼ਾ ਛੁਡਾਊ ਕੇਂਦਰ ਆ। ਅਸੀਂ ਜੇ ਇਹ ਚੀਜ਼, ਇਹ ਤਾਂ ਸਾਡੇ ਲਿਖੀ ਆ ਵੀ ਇਹ ਚੀਜ਼ਾਂ ਹੁੰਦੀਆਂ ਰਹਿਣਗੀਆਂ ਹਨਾ, ਪਰ ਅਸੀਂ ਸਮਾਜ ਸੇਵਾ ਵੀ ਕਰਦੇ ਆ, ਆ ਬਾਈ ਦਾ ਨਸ਼ਾ ਛੁਡਾਊ ਕੇਂਦਰ ਆ। ਸਤਿ ਸ਼੍ਰੀ ਅਕਾਲ ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ, ਮੈਂ ਗਗਨ ਸ਼ੁਕਲਾ ਸ਼ੰਭੂ ਮੋਰਚੇ ਤੇ ਮੌਜੂਦ ਹਾਂ ਤੇ ਕਿਸਾਨੀ ਮੋਰਚੇ ਦੀਆਂ ਤਸਵੀਰਾਂ ਦਿਖਾਉਂਦੇ ਹਾਂ। ਪਰ ਇੱਕ ਨੌਜਵਾਨ ਵੱਖਰੇ ਸਵੈਗ ਨਾਲ ਪਹੁੰਚਿਆ ਹੈ, ਪੀਤਾ ਲੱਥ ਤਾਂ ਦੇਖ ਸਕਦੇ ਹੋ। ਪਹਿਲਾਂ ਸਵੈਗ ਦਿਖਾਓ, ਰਾਜਨ ਉੱਪਰੋਂ ਨੀਚੇ ਤੱਕ ਦਿਖਾਓ। ਕਿਸਾਨੀ ਅੰਦੋਲਨ ਦੇ ਵਿੱਚ ਇਹ ਵਿਅਕਤੀ ਖਿੱਚ ਦਾ ਕੇਂਦਰ ਹੈ। ਭਾਜੀ ਹੋਰ ਤੁਹਾਡੇ ਨਾਲ ਗੱਲਾਂ ਬਾਤਾਂ ਜ਼ਰੂਰ ਕਰਾਂਗੇ ਪੀਤੇ ਭਾਜੀ, ਪਰ ਭਾਜੀ ਇਹ ਸਟਾਈਲ ਬਾਰੇ ਥੋੜਾ ਦੱਸੋ ਨਾਲਾ। ਨਹੀਂ ਭਾਈ, ਮੈਂ ਰਹਿੰਦੇ ਆਏ ਹਾਂ, ਠੀਕ ਹੈ ਨਾ। ਆਪਾਂ ਆਏ ਆ ਜਿਹੜਾ ਕੰਮ ਗੁਰੂ ਸਾਹਿਬ ਨੇ ਆਪਾਂ ਨੂੰ ਸਾਜਿਆ, ਕਿਸਾਨੀ ਦੀ ਗੱਲ ਹੀ ਕਰਨੀ ਹੈ। ਮੇਰਾ ਰੂਪ ਤਾਂ ਮੈਨੂੰ ਇਹ ਮਹਾਰਾਜ ਨੇ ਦਿੱਤਾ, ਪਰ ਠੀਕ ਹੈ, ਉਹਦੀ ਗੱਲ ਕਰਨੀ ਹੈ। ਅੱਛਾ, ਫਿਰ ਵੀ ਦੇਖਿਆ ਜਾਵੇ ਅਟ੍ਰੈਕਟਿਵ ਹੋ, ਆਕਰਸ਼ਿਤ ਹੋ, ਨੌਜਵਾਨਾਂ ਦਾ ਧਿਆਨ ਖਿੱਚ ਰਹੇ ਹੋ। ਹਾਂ ਹਾਂ, ਇਹ ਨਹੀਂ ਭਾਈ, ਇਹ ਮੈਂ ਰਹਿੰਦੇ ਆਇਆ ਹਨਾ। ਆਪਾਂ ਇੱਥੇ ਖਿੱਚ ਦਾ ਕੇਂਦਰ ਬਣ ਕੇ ਕੀ ਕਰਨਾ, ਜਿਵੇਂ ਆਮ ਭਰਾ ਉਵੇਂ ਆਪਾਂ, ਬਸ ਇੰਨਾ ਵੀ ਸੋਸ਼ਲ ਮੀਡੀਆ ਤੇ ਦੁਨੀਆ ਜਾਣਦੀ ਹੈ, ਉਹ ਵੀ ਇਹਨਾਂ ਕਰਕੇ ਹਨਾ। ਆਪਾਂ ਤਾਂ ਲੜਨ ਆਏ ਆ, ਕੰਮ ਹੀ ਇੱਕ ਹੈ, ਐਵੇਂ ਲੜੋਗੇ ਫਿਰ? ਹਾਂ, ਇੱਥੇ ਹੁਣ ਤਾਂ ਇੰਨਾ ਨਾ, ਉਦੋਂ ਵੇਖੀ ਮੈਂ ਤਾਂ ਉਹ ਆ,
ਉਦੋਂ ਵਾਲਾ ਮੈਂ ਤਾਂ ਪਾਉਂਗੇ ਟੋਚਨੇ ਨਾੜਾ ਵਾਈਟ ਕਰ ਇਹ ਨਾੜਾ ਬਾਈ ਕੰਮ ਆਊਗਾ ਕਹਿੰਦੇ ਹੁੰਦੇ ਚੰਗੀ ਕਰਨ ਮਾੜੀ ਕਰਨ ਲੱਗਣਾ ਤਾਂ ਆਖੇ ਉਹਨਾਂ ਦੀ ਪੈਣਾ ਹਨਾ ਤੇ ਪਰ ਆਪਾਂ ਇਹ ਨੀ ਵੀ ਇੱਥੇ ਆਪਾਂ ਕੋਈ ਹਿਲੜਬਾਜੀ ਕਰੀਏ ਜਾਂ ਬਿਨਾਂ ਆਗੂਆਂ ਤੋਂ ਕੁਛ ਕਰੀਏ ਹਨਾ ਆਪਣਾ ਜਿਹੜਾ ਕੰਮ ਹੈ ਜਿਵੇਂ ਕਹਿਣਗੇ ਜਥੇਬੰਦੀਆਂ ਉਵੇਂ ਚੱਲਣਾ ਤੇ ਜਿਹੜੀ ਅਥਰੂ ਗੈਸ ਹੈ ਜਾਂ ਸਾਡੇ ਭਰਾਵਾਂ ਦੇ ਸੱਟਾਂ ਲੱਗਦੀਆਂ ਇਹ ਸਾਡੇ ਗੁਰੂ ਸਾਹਿਬ ਨੇ ਸਾਡੇ ਖੂਨ ਚ ਬਖਸ਼ਿਆ ਇਹ ਤਾਂ ਹੁੰਦੀਆਂ ਰਹਿੰਦੀਆਂ ਭਾਜੀ ਪਹਿਲੇ ਅੰਦੋਲਨ ਨਾਲੋਂ ਐਤਕੀ 10 ਗੁਣੀ ਵੱਧ ਸਖਤੀ ਨਜ਼ਰ ਆ ਰਹੀ ਆ ਨਾ ਇੰਨਾ ਉਧਰੋਂ ਟੀਅਰ ਗੈਸ ਵਰਤੀ ਹੈ ਪਹਿਲਾਂ ਕਦੇ ਪਰ ਹੁਣ ਰੋਕਾਂ ਕੰਕਰੀਟ ਦੀਆਂ ਦੀਵਾਰਾਂ ਨੇ ਬਹੁਤ ਮੁਸ਼ਕਿਲ ਹੋ ਰਹੀ ਹੈ ਓਕੇ ਓਕੇ ਮੈਂ ਤੁਹਾਨੂੰ ਦੱਸਦਾ ਜਦੋਂ ਅਸੀਂ ਪਹਿਲਾਂ ਆਏ ਸੀ ਉਦੋਂ ਕਿੰਨਾ ਕੁ ਸੀ ਉਹ ਨਾਰਮਲ ਸੀ ਨਾ ਉਹ ਵੀ ਪੱਟ ਤੇ ਐਤਕੀ ਇਹਨਾਂ ਨੇ ਕਿੱਲੇ ਲਾਏ ਪੱਟ ਤੇ ਐਤਕੀ ਇਹਨਾਂ ਨੇ ਏਦੂ ਥੰਮ ਲਾਏ ਖਿੱਚ ਤੇ ਜਿਹੜੇ ਐਤਕੀ ਇਹਨਾਂ ਨੇ ਡਰੋਨ ਲੈ ਸਾਡੀ ਪਤੰਗ ਕੀ ਚੀਜ਼ ਹੈ ਖਿੱਚਿਆ ਕਿ ਨਹੀਂ ਜਿਹੜੇ ਗੈਸ ਜਿਹਾ ਉਹ ਤਾਂ ਮੈਂ ਜੇਬਾਂ ਚ ਪਾ ਕੇ ਭੱਜਿਆ ਵਾ ਠੀਕ ਹੈ ਨਾ ਮੈਨੂੰ ਮੈਂ ਤਾਂ ਇੱਕ ਤੁਹਾਡੀ ਦਿਲੋਂ ਧੰਨਵਾਦ ਜਿਹੜਾ ਤੁਸੀਂ ਇਹ ਕਰਾਓ ਦਿਖਾ ਰਹੇ ਹਨਾ ਤੁਸੀਂ ਜਦੋਂ ਨਾ ਗੋਲੇ ਵੱਜਦੇ ਹੁੰਦੇ ਉਦੋਂ ਅੱਖ ਬੰਦੇ ਅੱਖਾਂ ਜਿਹਾ ਨੀ ਮਲਦੇ ਹੁੰਦੇ ਆਪਣੇ ਸੈਂਸਰ ਹੀ ਇਹੋ ਜਿਹਾ ਲੱਗਿਆ ਲੈ ਮੈਨੂੰ ਅੱਖਾਂ ਮਾਰਨ ਦੀ ਲੋੜ ਹੀ ਨੀ ਪੈਂਦੀ ਮੈਂ ਬਾਈ ਤੈਨੂੰ ਇਹ ਕਹਿੰਦਾ ਆ ਤੇਰੇ ਚੈਨਲ ਦੇ ਸਾਹਮਣੇ ਜੇ ਤੁਸੀਂ ਉੱਥੇ ਹੋਵੋਗੇ ਨਾ ਮੈਨੂੰ ਉਹਦੀ ਚੰਗਾ ਲੱਗੂਗਾ ਵੀ ਤੁਸੀਂ ਪ੍ਰੈਕਟੀਕਲ ਦਿਖਾਇਓ ਗੱਲਾਂ ਚ ਤਾਂ ਇਹਦੇ ਜ਼ਰੀਏ ਤਾਂ ਹਰੇਕ ਹੀ ਭਾਅ ਢਾ ਦਿੰਦਾ ਪਰ ਆਪਾਂ ਤਾਂ ਲੰਮੀ ਰੇਸ ਵਾਲੇ ਘੋੜੇ ਆ ਕਹਿੰਦੇ ਨੇ ਮੈਂ ਰੀਲਾਂ ਚ ਕਹਿੰਦਾ ਉਹਨਾਂ ਝੋਟੇ ਆ ਝੋਟੇ ਮੌਕੇ ਦੀ ਪਤਾ ਲੱਗੂਗਾ ਆ ਮੇਰੇ ਨਾਲ ਭੰਤਾ ਬਾਈ ਆ ਕੋਟੀ ਸਿਖਾਂ ਵਾਲਾ ਠੀਕ ਹੈ ਨਸ਼ਾ ਛੁਡਾਊ ਕੇਂਦਰ ਆ ਅਸੀਂ ਜੇ ਇਹ ਚੀਜ਼ ਇਹ ਤਾਂ ਸਾਡੇ ਲਿਖੀ ਆ ਵੀ ਇਹ ਚੀਜ਼ਾਂ ਹੁੰਦੀਆਂ ਰਹਿਣਗੀਆਂ ਹਨਾ ਪਰ ਅਸੀਂ ਸਮਾਜ ਸੇਵਾ ਵੀ ਕਰਦੇ ਹਾਂ ਆ ਬਾਈ ਦਾ ਨਸ਼ਾ ਛੁਡਾਊ ਕੇਂਦਰ ਆ।